ਅਗੇ ਬੀਸੀ ਵਾਸੀਆਂ ਦੇ ਲਈ ਚੰਗੀ ਖਬਰ ਇਹ ਹੈ ਕਿ ਬੀਸੀ ਦੇ ਵਿੱਚ ਰੈਸਟੋਰੈਂਟ ਪਬ ਨਾਈਟ ਕਲੱਬ ਤੇ ਜਿਹੜੇ ਇਕੱਠ ਸੀਗੇ ਇਨਡੋਰੋ ਸਾਰੇ ਖੁੱਲ ਚੁੱਕੇ ਨੇ ਫਿਲਹਾਲ ਜਿਹੜੀ ਇਕੱਠ ਦੀ ਜਿਹੜੀ ਪਾਬੰਦੀ ਸੀਗੀ ਉਹ ਹੁਣ ਨਹੀਂ ਰਹੀ ਹੈ ਇਸ ਲਈ ਹੁਣ ਵਿਆਹ ਸ਼ਾਦੀਆਂ ਦੇ ਜਿਹੜੇ ਪਾਰਟੀਆਂ ਦੇ ਸਮਾਗਮ ਹੈ ਉਹ ਸ਼ੁਰੂ ਹੋਣ ਜਾ ਰਹੇ ਨੇ ਪਰ ਇਹ ਜ਼ਰੂਰ ਕਹੀ ਜਾ ਰਹੀ ਹੈ ਕਿ ਕੁਝ-ਕੁਝ ਖੇਤਰਾਂ ਦੇ ਵਿੱਚ ਅਜੇ ਵੀ ਜਿਹੜੇ ਨਿਯਮ ਨੇ ਕੁਝ ਲਾਗੂ ਰਹਿ ਸਕਦੇ ਨੇ ਜਿਵੇਂ ਕਿ ਮਾਸਕ ਪਾਉਣਾ ਤੇ ਜਿਹੜੀ ਵੈਕਸੀਨੇਸ਼ਨ ਹੈ ਉਹਦਾ ਸਬੂਤ ਦਿਖਾਣਾ ਸੋ ਕੁਝ ਖੇਤਰਾਂ ਦੇ ਵਿੱਚ ਅਜੇ ਰਹਿ ਸਕਦੇ ਨੇ ਕੁੱਲ ਮਿਲਾ ਕੇ ਜ਼ਰੂਰ ਕਹਿ ਸਕਦੇ ਹਾਂ ਕਿ ਹੁਣ ਪਾਰਟੀਆਂ ਕਰਨ ਦਾ ਮੌਕਾ ਆਇਆ ਪਰ ਫਿਰ ਵੀ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੋਵੇਗੀ ਬੀਸੀ ਵਾਸੀਆਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਕੋਵਿਡ-19 ਜਨਤਕ ਸਿਹਤ ਉਪਾਵਾਂ ਨੂੰ ਸੌਖਾ ਬਣਾਉਣ ਦੇ ਲਈ ਬੀਸੀ ਵੱਲੋਂ ਸਮਰਥਾ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਸੀ ਉਹ ਹਟਾ ਲਈਆਂ ਗਈਆਂ ਨੇ ਪੂਰੇ ਸੂਬੇ ਵਿੱਚ ਇੱਕ ਵਾਰ ਫਿਰ ਇਕੱਠ ਹੋ ਸਕਣਗੇ ਇਨਡੋਰ ਬੈਠਣਾ ਰੈਸਟੋਰੈਂਟਾਂ ਬਾਰਾਂ ਤੇ ਨਾਈਟ ਕਲੱਬਾਂ ਦੇ ਲਈ ਖੁੱਲ ਮਿਲ ਚੁੱਕੀ ਹੈ ਹਾਲਾਂਕਿ ਕੁਝ ਨਿਯਮ ਅਜੇ ਬਾਕੀ ਨੇ ਸਮਰਥਾ ਸੀਮਾਵਾਂ ਤੇ ਆਰਡਰ ਦੀ ਜਿਹੜੀ ਮਿਆਦ ਹੈ ਉਹ ਜਿਹੜੀ ਫਿਲਹਾਲ ਖਤਮ ਹੋ ਚੁੱਕੀ ਹੈ ਔਰ ਬੁੱਧਵਾਰ ਯਾਨੀ ਅੱਜ ਤੋਂ ਉਹਨਾਂ ਕਾਰੋਬਾਰਾਂ ਦੇ ਲਈ ਦਰਵਾਜ਼ਾ ਖੁੱਲਣਾ ਜਾਂ ਆਮ ਵਾਂਗ ਵਾਪਸੀ ਦੇ ਰਸਤੇ ਤੇ ਸ਼ੁਰੂ ਹੋਣ ਲਈ ਪਾਬੰਦੀਆਂ ਦੁਆਰਾ ਜਿਹੜੀਆਂ ਨੇ ਉਹ ਸਖਤ ਪ੍ਰਭਾਵਿਤ ਹੋਈਆਂ ਨੇ ਅੰਦਰੂਨੀ ਜਨਤਕ ਥਾਵਾਂ ਤੇ bc ਦੇ ਵਿੱਚ ਅਜੇ ਵੀ ਮਾਸਕ ਦੀ ਲੋੜ ਹੋਵੇਗੀ ਵੈਕਸੀਨ ਕਾਰਡ ਵੀ ਅਜੇ ਵੀ ਉਹਨਾਂ ਸੈਟਿੰਗਾਂ ਦੇ ਵਿੱਚ ਲੋੜ ਹੋਵੇਗੀ ਜਿੱਥੇ ਉਹ ਪਹਿਲਾਂ ਸਨ ਹਾਲਾਂਕਿ ਉਪਾਮਾਂ ਨੂੰ ਸੌਖਾ ਕਰਨ ਦਾ ਮਤਲਬ ਇਹ ਹੈ ਕਿ ਵਿਆਹ ਦੇ ਮਹਿਮਾਨ ਇੱਕ ਵਾਰ ਫਿਰ ਡਾਂਸ ਫਲੋਰ ਤੇ ਜਿਮ ਖੇਡ ਸਮਾਗਮ ਡਾਂਸ ਤੇ ਤਰਾਕੀ ਦੇ ਵਿੱਚ ਉਹ ਵਾਪਸ ਜਾ ਸਕਦੇ ਨੇ ਇਸ ਦਾ ਇਹ ਵੀ ਮਤਲਬ ਹੈ ਕਿ ਰੈਸਟੋਰੈਂਟਾਂ 12 ਤੇ ਨਾਈਟ ਕਲੱਬਾਂ ਨੂੰ ਲਾਗੂ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਮਹਿਮਾਨਾਂ ਨੂੰ ਇੱਕ ਵਾਰ ਫਿਰ ਇਕੱਠੇ ਹੋਣ ਤੇ ਨੱਚਣ ਦੀ ਇਜਾਜ਼ਤ ਤਿਜਾਵੇਗੀ ਕਈਆਂ ਨੂੰ ਅਜੇ ਵੀ ਨੱਚਦੇ ਹੋਏ ਟੀਕਾਕਰਨ ਸਬੂਤ ਜਿਹੜੇ ਨੇ ਉਹ ਦਿਖਾਉਣੇ ਪੈਣਗੇ ਤੇ ਮਾਸਕ ਅਪ ਕਰਨ ਦੀ ਵੀ ਲੋੜ ਹੋਵੇਗੀ ਪ੍ਰੀਮੀਅਰ ਜான் ਹਾਰਗਨ ਨੇ ਪਹਿਲਾਂ ਵੈਕਸੀਨ ਪਾਸਪੋਰਟਾਂ ਬਾਰੇ ਕਿਹਾ ਸੀ ਕਿ ਇਹ ਲੋਕਾਂ ਨੂੰ ਆਰਾਮ ਦਿੰਦਾ ਜਦੋਂ ਉਹ ਸੈਟਿੰਗਾਂ ਖਾਸ ਕਰਕੇ ਬੈਠੇ ਹੋਏ ਸਮਾਗਮਾਂ ਦੇ ਵਿੱਚ ਜਾਂਦੇ ਨੇ ਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਆਪਣੀ ਰੱਖਿਆ ਲਈ ਉਹੀ ਉਪਾਅ ਕੀਤੇ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਕਈ ਮੋਰਚਿਆਂ ਤੇ ਬਾਹਰੀ ਹੋਣ ਦੇ ਲਈ ਆਰਾਮ ਦੇ ਰਹੇ ਨੇ ਤੇ ਅਸੀਂ ਅਜੇਹਾ ਇਸ ਲਈ ਕੀਤਾ ਕਿਉਂਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੀਆਂ ਪਿਛਲੇ 2 ਸਾਲਾਂ ਵਿੱਚ ਕੀਤੀਆਂ ਕੁਰਬਾਨੀਆਂ ਵਿਅਰਥ ਨਾ ਜਾਣ ਪਾਬੰਦੀਆਂ ਲੰਬੇ ਸਮੇਂ ਦੀ ਦੇਖਭਾਲ ਦੇ ਬਜ਼ੁਰਗਾਂ ਦੀ ਸਹਾਇਤਾ ਪ੍ਰਾਪਤ ਰਹਿਣ ਦੀਆਂ ਸਹੂਲਤਾਂ ਤੇ ਰਹਿੰਦੀਆਂ ਨੇ ਜਿਵੇਂ ਕਿ ਉਹ ਪੂਜਾ ਪਾਠ ਸੇਵਾਵਾਂ ਲਈ ਲਗਭਗ ਸਮਰੱਥਾ ਸੇਵਾਵਾਂ ਲਈ ਜਾਰੀ ਰੱਖਦੇ ਨੇ ਸਕੂਲ ਤੇ ਬੱਚਿਆਂ ਦੀ ਦੇਖਭਾਲ ਦੇ ਦਿਸ਼ਾ ਨਿਰਦੇਸ਼ ਵੀ ਲਾਗੂ ਨੇ ਜਿਵੇਂ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਰਾਤ ਦੇ ਕੈਂਪਾਂ ਤੇ ਕੁਝ ਸਮਾਗਮਾਂ ਤੇ ਪਾਬੰਦੀਆਂ ਨੇ ਪ੍ਰੋਵਿੰਸ਼ੀਅਲ ਹੈਲਥ ਅਫਸਰ ਬੋਨੀ ਹੈਂਡਰੀ ਨੇ ਕਿਹਾ ਹੈ ਕਿ ਪ੍ਰੋਵਿੰਸ 15 ਮਾਰਚ ਤੱਕ ਉਹਨਾਂ ਉਪਾਾਵਾਂ ਦੀ ਸਮੀਖਿਆ ਕਰੇਗਾ ਤੇ ਇੱਕ ਅਪਡੇਟ ਪ੍ਰਦਾਨ ਕਰੇਗਾ 12 ਅਪ੍ਰੈਲ ਨੂੰ ਉਹਨਾਂ ਦੀ ਦੁਬਾਰਾ ਮੁਲਾਕਾਤ ਜ ਅਬਦ ਰਿਪੋਰਟ ਅਗੇ ਬੀਸੀ ਵਾਸੀਆਂ ਦੇ ਲਈ ਚੰਗੀ ਖਬਰ ਇਹ ਹੈ ਕਿ ਬੀਸੀ ਦੇ ਵਿੱਚ ਰੈਸਟੋਰੈਂਟ ਪਬ ਨਾਈਟ ਕਲੱਬ ਤੇ ਜਿਹੜੇ ਇਕੱਠ ਸੀਗੇ ਇਨਡੋਰੋ ਸਾਰੇ ਖੁੱਲ ਚੁੱਕੇ ਨੇ ਫਿਲਹਾਲ ਜਿਹੜੀ ਇਕੱਠ ਦੀ ਜਿਹੜੀ ਪਾਬੰਦੀ ਸੀਗੀ ਉਹ ਹੁਣ ਨਹੀਂ ਰਹੀ ਹੈ ਇਸ ਲਈ ਹੁਣ ਵਿਆਹ ਸ਼ਾਦੀਆਂ ਦੇ ਜਿਹੜੇ ਪਾਰਟੀਆਂ ਦੇ ਸਮਾਗਮ ਹੈ ਉਹ ਸ਼ੁਰੂ ਹੋਣ ਜਾ ਰਹੇ ਨੇ ਪਰ ਇਹ ਜ਼ਰੂਰ ਕਹੀ ਜਾ ਰਹੀ ਹੈ ਕਿ ਕੁਝ ਕੁਝ ਖੇਤਰਾਂ ਦੇ ਵਿੱਚ ਅਜੇ ਵੀ ਜਿਹੜੇ ਨਿਯਮ ਨੇ ਕੁਝ ਲਾਗੂ ਰਹਿ ਸਕਦੇ ਨੇ ਜਿਵੇਂ ਕਿ ਮਾਸਕ ਪੋਣਾ ਤੇ ਜਿਹੜੀ ਵੈਕਸੀਨੇਸ਼ਨ ਹੈ ਉਹਦਾ ਸਬੂਤ ਦਿਖਾਣਾ ਸੋ ਕੁਝ ਖੇਤਰਾਂ ਦੇ ਵਿੱਚ ਅਜੇ ਰਹਿ ਸਕ ਦੇ ਨੇ ਬਾਕੀ ਕੁਲਮੇਲਾ ਕੇ ਜ਼ਰੂਰ ਕਹਿ ਸਕਦੇ ਹਾਂ ਕਿ ਹੁਣ ਪਾਰਟੀਆਂ ਕਰਨ ਦਾ ਮੌਕਾ ਆਇਆ ਪਰ ਫਿਰ ਵੀ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੋਵੇਗੀ। ਬੀਸੀ ਵਾਸੀਆਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਕੋਵਿਡ-19 ਜਨਤਕ ਸਿਹਤ ਉਪਾਮਾ ਨੂੰ ਸੌਖਾ ਬਣਾਉਣ ਦੇ ਲਈ ਬੀਸੀ ਵੱਲੋਂ ਸਮਰਥਾ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਸੀ ਉਹ ਹਟਾ ਲਈਆਂ ਗਈਆਂ ਨੇ। ਪੂਰੇ ਸੂਬੇ ਵਿੱਚ ਇੱਕ ਵਾਰ ਫਿਰ ਇਕੱਠ ਹੋ ਸਕਣਗੇ। ਇਨਡੋਰ ਬੈਠਣਾ, ਰੈਸਟੋਰੈਂਟਾਂ 12 ਤੇ ਨਾਈਟ ਕਲੱਬਾਂ ਦੇ ਲਈ ਖੁੱਲ੍ਹ ਮਿਲ ਚੁੱਕੀ ਹੈ। ਹਾਲਾਂਕਿ ਕੁਝ ਨਿਯਮ ਅਜੇ ਬਾਕੀ ਨੇ। ਸਮਰਥਾ ਸੀਮਾਾਂ ਤੇ ਆਰਡਰ ਦੀ ਜਿਹੜੀ ਮਿਆਦ ਹੈ ਉਹ ਜਿਹੜ ਖਤਮ ਹੋ ਚੁਕਿਆ ਹੈ ਉਹ ਬੁੱਧਵਾਰ ਯਾਨੀ ਅੱਜ ਤੋਂ ਉਹਨਾਂ ਕਾਰੋਬਾਰਾਂ ਦੇ ਲਈ ਦਰਵਾਜ਼ਾ ਖੁੱਲਣਾ ਜਾਂ ਆਮ ਵਾਂਗ ਵਾਪਸੀ ਦੇ ਰਸਤੇ ਤੇ ਸ਼ੁਰੂ ਹੋਣ ਲਈ ਪਾਬੰਦੀਆਂ ਦੁਆਰਾ ਜਿਹੜੀਆਂ ਨੇ ਉਹ ਸਖਤ ਪ੍ਰਭਾਵਿਤ ਹੋਈਆਂ ਨੇ ਅੰਦਰੂਨੀ ਜਨਤਕ ਥਾਵਾਂ ਤੇ ਬੀਸੀ ਦੇ ਵਿੱਚ ਅਜੇ ਵੀ ਮਾਸਕ ਦੀ ਲੋੜ ਹੋਵੇਗੀ ਵੈਕਸੀਨ ਕਾਰਡ ਵੀ ਅਜੇ ਵੀ ਉਹਨਾਂ ਸੈਟਿੰਗਾਂ ਦੇ ਵਿੱਚ ਲੋੜ ਹੋਵੇਗੀ ਜਿੱਥੇ ਉਹ ਪਹਿਲਾਂ ਸਨ ਹਾਲਾਂਕਿ ਉਪਾਮਾਂ ਨੂੰ ਸੌਖਾ ਕਰਨ ਦਾ ਮਤਲਬ ਇਹ ਹੈ ਕਿ ਵਿਆਹ ਦੇ ਮਹਿਮਾਨ ਇੱਕ ਵਾਰ ਫਿਰ ਡਾਂਸ ਫਲੋਰ ਤੇ ਜਿਮ ਖੇਡ ਸਮਾਗਮ ਡਾਂਸ ਤੇ ਤਰਾਕੀ ਦੇ ਵਿੱਚ ਉਹ ਵਾਪਸ ਜਾ ਸਕਦੇ ਨੇ ਇਸ ਦਾ ਇਹ ਵੀ ਮਤਲਬ ਹੈ ਕਿ ਰੈਸਟੋਰੈਂਟਾਂ 12 ਤੇ ਨਾਈਟ ਕਲੱਬਾਂ ਨੂੰ ਲਾਗੂ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਮਹਿਮਾਨ ਨਾਂ ਨੂੰ ਇੱਕ ਵਾਰ ਫੇਰ ਇਕੱਠੇ ਹੋਣ ਤੇ ਨੱਚਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਈਆਂ ਨੂੰ ਅਜੇ ਵੀ ਨੱਚਦੇ ਹੋਏ ਟੀਕਾਕਰਨ ਸਬੂਤ ਜਿਹੜੇ ਨੇ ਉਹ ਦਿਖਾਉਣੇ ਪੈਣਗੇ ਤੇ ਮਾਸਕ ਅਪ ਕਰਨ ਦੀ ਵੀ ਲੋੜ ਹੋਵੇਗੀ ਪ੍ਰੀਮੀਅਰ ਜான் ਹਾਰਗਨ ਨੇ ਪਹਿਲਾਂ ਵੈਕਸੀਨ ਪਾਸਪੋਰਟਾਂ ਬਾਰੇ ਕਿਹਾ ਸੀ ਕਿ ਇਹ ਲੋਕਾਂ ਨੂੰ ਆਰਾਮ ਦਿੰਦਾ ਜਦੋਂ ਉਹ ਸੈਟਿੰਗਾਂ ਖਾਸ ਕਰਕੇ ਬੈਠੇ ਹੋਏ ਸਮਾਗਮਾਂ ਦੇ ਵਿੱਚ ਜਾਂਦੇ ਨੇ ਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਆਪਣੀ ਰੱਖਿਆ ਲਈ ਉਹੀ ਉਪਾਅ ਕੀਤੇ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਕਈ ਮੋਰਚਿਆਂ ਤੇ ਬਾਹਰੀ ਹੋਣ ਦੇ ਲਈ ਆਰਾਮ ਦੇ ਰਹੇ ਨੇ ਤੇ ਅਸੀਂ ਅਜੇਹਾ ਇਸ ਲਈ ਕੀਤਾ ਕਿਉਂਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਕੇ ਲੋਕਾਂ ਦੀਆਂ ਪਿਛਲੇ 2 ਸਾਲਾਂ ਵਿੱਚ ਕੀਤੀਆਂ ਕੁਰਬਾਨੀਆਂ ਵਿਅਰਥ ਨਾ ਜਾਣ ਪਾਬੰਦੀਆਂ ਲੰਬੇ ਸਮੇਂ ਦੀ ਦੇਖਭਾਲ ਦੇ ਬਜ਼ੁਰਗਾਂ ਦੀ ਸਹਾਇਤਾ ਪ੍ਰਾਪਤ ਰਹਿਣ ਦੀਆਂ ਸੂਲਤਾਂ ਤੇ ਰਹਿੰਦੀਆਂ ਨੇ ਜਿਵੇਂ ਕਿ ਉਹ ਪੂਜਾ ਪਾਠ ਸੇਵਾਵਾਂ ਲਈ ਲਗਭਗ ਸਮਰੱਥਾ ਸੇਵਾਵਾਂ ਲਈ ਜਾਰੀ ਰੱਖਦੇ ਨੇ ਸਕੂਲ ਤੇ ਬੱਚਿਆਂ ਦੀ ਦੇਖਭਾਲ ਦੇ ਦਿਸ਼ਾ ਨਿਰਦੇਸ਼ ਵੀ ਲਾਗੂ ਨੇ ਜਿਵੇਂ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਰਾਤ ਦੇ ਕੈਂਪਾਂ ਤੇ ਕੁਝ ਸਮਾਗਮਾਂ ਤੇ ਪਾਬੰਦੀਆਂ ਨੇ ਪ੍ਰੋਵਿੰਸ਼ੀਅਲ ਹੈਲਥ ਅਫਸਰ ਬੋਨੀ ਹੈਂਡਰੀ ਨੇ ਕਿਹਾ ਹੈ ਕਿ ਪ੍ਰੋਵਿੰਸ 15 ਮਾਰਚ ਤੱਕ ਉਹਨਾਂ ਉਪਾਾਵਾਂ ਦੀ ਸਮੀਖਿਆ ਕਰੇਗਾ ਤੇ ਇੱਕ ਅਪਡੇਟ ਪ੍ਰਦਾਨ ਕਰੇਗਾ 12 ਅਪ੍ਰੈ ਸਟੂਡੀਓ ਕੀਤੀ ਜਾਏਗੀ ਉਸ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ